ਮੁੰਡੇ ਦੀ ਮਾਂ ਨੂੰ ਇਹਨਾਂ ਨੇ ਅਲਸਦੰਗਾ ਕਰਕੇ ਉਹਨਾਂ ਦੀਆਂ ਵੀਡੀਓਜ਼ ਬਣਾਈਆਂ, ਜੋ ਕਿ ਮੈਂ ਤੁਹਾਨੂੰ ਮਤਲਬ ਸ਼ੋਅ ਵੀ ਕਰ ਸਕਦਾ, ਹੁਣ ਮੇਰੇ ਕੋਲ ਵੀ ਹੈਗੀਆਂ ਕੁਛ ਫੋਟੋਜ਼ ਜਿਹੜੀਆਂ ਆਪਾਂ ਹੁਣ ਕਿਸ ਤਰ੍ਹਾਂ ਕੈਮਰੇ ਅੱਗੇ ਆਪਾਂ ਬੋਲ ਵੀ ਨਹੀਂ ਸਕਦੇ। ਵੀਡੀਓ ਬਣਾਈ ਬਖਸ਼ੀਸ਼ ਸਿੰਘ ਨੇ, ਵੀਡੀਓ ਦੇ ਵਿੱਚ ਇਹ ਗੱਲ ਗਲਤ ਵਿਵਹਾਰ ਬਹੁਤ ਜ਼ਿਆਦਾ ਕੀਤੇ ਵੀ ਅਮਨ ਮੇਰੀ ਕੁੜੀ ਲੈ ਗਿਆ। ਮੈਂ ਕਿਹਾ ਮੰਜ ਭੈਣ ਤੈਨੂੰ ਕੀ ਪਤਾ ਅਮਨ ਕੁੜੀ ਲੈ ਗਿਆ, ਵੀ ਉਹ ਤਾਂ ਵੱਡੇ ਤੇ ਗਿਆ ਹੋਇਆ। ਕਹਿੰਦੀ ਨਹੀਂ ਕੁੜੀ ਲੈ ਗਿਆ। ਮੁੜ ਕੇ ਆ ਕੇ ਮੈਨੂੰ ਸਿੱਧਾ ਹੀ ਕਹਿੰਦੀ ਕਿ ਭੈਣ ਕੁੜੀ ਲੈ ਗਿਆ, ਇਹ ਕੁੜੀ ਕਹਿੰਦੀ ਸੀ ਕਿ ਮੇਰੀ ਸ਼ਾਦੀ ਕਰ ਦੇ। ਮੈਂ ਕਿਹਾ ਵੀ ਤੁਸੀਂ, ਤੁਹਾਨੂੰ ਵੀ ਪਤਾ ਸੀ ਤੇ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਮੈਨੂੰ ਦੱਸ ਦੇ ਤਾਂ ਸਹੀ। 12 ਤਰੀਕ ਨੂੰ ਚੱਕ ਕੇ ਲੈ ਗਿਆ, ਬੂਹੇ ਉਤਲਾ ਬੂਹਾ ਭੰਨਿਆ ਪੌੜੀਆਂ ਵਾਲਾ, ਭੰਨ ਕੇ ਸੀਸੇ ਸਾਹਿਬ ਭੰਨ ਕੇ ਤੇ ਸਾਨੂੰ ਚੱਕ ਕੇ ਘਰੋਂ ਆਇਆ। ਤਾੜ ਤਾੜ ਕਰਦੇ ਤੇ ਸਾਨੂੰ ਚੱਕ ਕੇ ਤੇ ਲੈ ਗਿਆ। ਕੁੱਟਮਾਰ ਬਹੁਤ ਜ਼ਿਆਦਾ ਕੀਤੀ। ਉਹ ਇਹਨਾਂ ਨੂੰ ਕਹਿੰਦੇ ਵੀ ਇਹਨੂੰ ਇੱਟਾਂ ਬੰਨ ਕੇ ਪੱਗ ਲਿਆਓ ਤੇ ਇਹਨੂੰ ਸੱਟ ਦਿਓ ਨਹਿਰ ਦੇ ਵਿੱਚ। ਬੈਕ ਕਰਕੇ ਮੁੜ ਕੇ ਸਾਨੂੰ ਸੁੰਮਸਾਨ ਥਾਂ ਤੇ ਲੈ ਲੈ। ਉੱਥੇ ਜਾ ਕੇ ਪਹਿਲਾਂ ਸਾਨੂੰ ਤਾਂ ਕਰੰਟ ਲੱਗੇ ਲਾਉਣ, ਤਾਰਾਂ ਕੱਢੀਆਂ ਕਰੰਟ ਲੱਗੇ ਲਾਉਣ, ਮੁੜ ਕੇ ਕਰੰਟ ਲੱਗੇ ਲਾਉਣ, ਮੁੜ ਕੇ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਜਦੋਂ ਅਸੀਂ ਬਿਲਕੁਲ ਹਾਰ ਗਏ ਸੀ, ਉਹਨਾਂ ਨੂੰ ਐਂ ਕਹਿ ਦਿੱਤਾ ਵੀ ਸਾਨੂੰ ਹੁਣ ਮੁਕਾ ਦਿਓ, ਵੀ ਸਾਨੂੰ ਤੜਫਾਓ ਨਾ, ਸਾਨੂੰ ਮੁਕਾ ਦਿਓ। ਇੱਕੋ ਹੀ ਕਹੀ ਗਏ ਵੀ ਤੁਸੀਂ, ਉਹਨਾਂ ਨੇ ਮੁੜ ਕੇ ਮੇਰੀ ਵੀਡੀਓ ਬਣਾਈ। ਮੈਂ ਕੁਛ ਨਹੀਂ ਬੋਲ ਸਕਦੀ ਮੀਡੀਆ ਦੇ ਸਾਹਮਣੇ। ਵੀਡੀਓ ਬਣਾਈ ਬਖਸ਼ੀਸ਼ ਸਿੰਘ ਨੇ, ਵੀਡੀਓ ਦੇ ਵਿੱਚ ਇਹ ਗੱਲ ਗਲਤ ਵਿਵਹਾਰ ਬਹੁਤ ਜ਼ਿਆਦਾ ਕੀਤੇ। ਮਤਲਬ FIR ਦੇ ਕੇ ਆਏ ਸੀ, ਉੱਥੇ ਅਸੀਂ ਟਾਈਪਿੰਗ ਕਰਾ ਕੇ ਉੱਥੇ ਦੇ ਕੇ ਆਏ ਸੀ, ਪਰ ਬਾਕੀ ਸਾਡੀ ਸੁਣਵਾਈ ਨਹੀਂ ਕੋਈ ਵੀ ਹੋਈ। ਹਾਂਜੀ, ਬੇਟਾ ਅਤੇ ਗੁੱਡੀਆ ਵੀ ਚਲੇ ਗਏ ਸੀ, ਅਤੇ ਉਹ ਚਲੇ ਗਏ ਸੀ ਅਤੇ ਗੁੜੀਆ ਦੀ ਮਾਂ ਨੂੰ ਪਤਾ ਸੀ ਸਾਰਾ। ਗੁੜੀਆ ਦੀ ਮਾਂ ਨੂੰ ਪਤਾ ਸੀ ਅਤੇ ਕਾਕਾ ਜਦੋਂ ਗਿਆ ਹੈ ਅਤੇ ਸਾਨੂੰ ਇਹ ਕਹਿ ਕੇ ਗਿਆ ਕਿ ਮੈਂ ਘਰੋਂ ਚੱਲਿਆ ਪਾਰਟੀ 'ਤੇ, ਵੱਡੇ 'ਤੇ। ਵੱਡੇ 'ਤੇ ਚੱਲਿਆ, ਅਸੀਂ ਰੋਟੀ ਖਾਣ ਵੇਲੇ ਉਹਨੂੰ ਫੋਨ ਕੀਤਾ, ਉਹਨੇ ਕਿਹਾ ਵੀ ਮੈਂ ਇਸ ਤਰ੍ਹਾਂ ਵੀ ਪਾਰਟੀ 'ਤੇ ਹੈਗਾ। 12:10 'ਤੇ ਕੁੜੀ ਦੇ ਭਰਾ ਦਾ ਫੋਨ ਸਾਨੂੰ ਆਇਆ ਹੈ ਕਿ ਅਮਨ ਕਿੱਥੇ ਆ ਚਾਚੀ। ਅਸੀਂ ਕਿਹਾ ਵੀ ਅਮਨ ਤਾਂ ਇਸ ਤਰ੍ਹਾਂ ਵੱਡੇ 'ਤੇ ਗਿਆ ਹੋਇਆ ਹੈ। ਉਸ ਤੋਂ ਦੁਬਾਰਾ ਫਿਰ ਸਾਨੂੰ ਕਾਲ ਕਰਤੀ ਕਿ ਅਮਨ ਕਿੱਥੇ ਆ ਚਾਚੀ, ਉਹਦਾ ਸੁੱਚ ਬੰਦ ਆਉਂਦਾ ਪਿਆ। ਮੈਂ ਕਿਹਾ ਕਿ ਮਨੀ ਸੱਚ ਦੱਸ ਵੀ ਕੀ ਗੱਲ ਹੈ, ਤੂੰ ਇਸ ਵੇਲੇ ਵਾਰ ਵਾਰ ਫੋਨ ਕਰਦਾ ਪਿਆ। ਕਹਿੰਦਾ ਕਿ ਮੰਮੀ ਨਾਲ ਗੱਲ ਕਰ ਲਾ। ਮੰਮੀ ਨੇ ਜਦੋਂ ਗੱਲ ਕੀਤੀ ਮੈਨੂੰ ਸਿੱਧਾ ਹੀ ਕਿਹਾ ਕਿ ਭੈਣ ਜੀ ਵੀ ਅਮਨ ਮੇਰੀ ਕੁੜੀ ਲੈ ਗਿਆ। ਮੈਂ ਕਿਹਾ ਮੰਜ ਭੈਣ ਤੈਨੂੰ ਕੀ ਪਤਾ ਅਮਨ ਕੁੜੀ ਲੈ ਗਿਆ, ਵੀ ਉਹ ਤਾਂ ਵੱਡੇ 'ਤੇ ਗਿਆ ਹੋਇਆ। ਕਹਿੰਦੀ ਨਹੀਂ ਕੁੜੀ ਲੈ ਗਿਆ। ਮੁੜ ਕੇ ਉਹ ਸਾਰੇ ਪਹਿਲਾਂ ਕਹਿੰਦੇ ਸਾਡੇ ਘਰੇ ਆਓ, ਅਸੀਂ ਚੱਲੇ ਸੀ ਅਤੇ ਮੁੜ ਕੇ ਉਹ ਆ ਗਏ ਸਾਡੇ ਘਰ। ਉਹਨੇ ਨੂੰ ਅਸੀਂ ਗੇਟ ਬੰਦ ਕਰਨ ਲੱਗੇ ਸੀ, ਉਹ ਆ ਗਏ ਸਾਡੇ ਘਰ। ਮੁੜ ਕੇ ਆ ਕੇ ਮੈਨੂੰ ਸਿੱਧਾ ਹੀ ਕਹਿੰਦੀ ਕਿ ਭੈਣ ਕੁੜੀ ਲੈ ਗਿਆ, ਇਹ ਕੁੜੀ ਕਹਿੰਦੀ ਸੀ ਕਿ ਮੇਰੀ ਸ਼ਾਦੀ ਕਰ ਦੇ। ਮੈਂ ਕਹਿੰਦੀ ਵੀ ਮੈਂ ਬਦਨਾਮੀ ਤੋਂ ਡਰ ਗਈ ਕਿ ਮੈਂ ਇਹ ਕੰਮ ਨਹੀਂ ਕਰਨਾ। ਮੈਂ ਕਿਹਾ ਵੀ ਤੁਸੀਂ, ਤੁਹਾਨੂੰ ਜੋ ਪਤਾ ਸੀ ਤੇ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਮੈਨੂੰ ਦੱਸ ਦੇ ਤਾਂ ਸਹੀ, ਵੀ ਮੈਂ ਆਪੇ ਭੈਣਾਂ ਭਰਾ ਇਕੱਠੇ ਕਰਕੇ ਕੋਈ ਰੌਲਾ ਪਾਉਂਦੀ ਵੀ ਆਹ ਗੱਲ ਹੈ। ਕਹਿੰਦੀ ਵੀ ਮੈਨੂੰ ਕੁੜੀ ਕਹਿੰਦੀ ਸੀ ਵੀ ਮੇਰਾ ਵਿਆਹ ਕਰ ਦੇ, ਤੇ ਵੀ ਮੈਂ ਬਦਨਾਮੀ ਤੋਂ ਡਰਦੀ ਨੇ ਨਹੀਂ ਕੀਤਾ। ਮੁੜ ਕੇ ਇਹ ਕਹਿ ਕੇ ਤੇ ਚਲੇ ਗਏ। ਮੁੜ ਕੇ ਮਣੀ ਕਹਿੰਦਾ ਕਿ ਸਾਨੂੰ ਪਿਓ ਪੁੱਤਾਂ ਨੂੰ ਨਹੀਂ ਪਤਾ ਸੀ ਇਸ ਗੱਲ ਦਾ ਵੀ ਆਹ ਗੱਲ ਬਣ ਜਾਣੀ ਹੈ। ਮੁੜ ਕੇ ਸਾਨੂੰ ਦੂਜੀ 12 ਤਰੀਕ ਨੂੰ ਚੱਕ ਕੇ ਲੈ ਗਏ ਆ, ਬੂਹੇ ਉਤਲਾ ਬੂਹਾ ਭੰਨਿਆ ਪੌੜੀਆਂ ਵਾਲਾ, ਭੰਨ ਕੇ ਸੀਸੇ ਸਾਹ ਭੰਨ ਕੇ ਤੇ ਸਾਨੂੰ ਚੱਕ ਕੇ ਘਰੋਂ ਆਇਆ। ਤਾੜ ਤਾੜ ਕਰਦੇ ਤੇ ਸਾਨੂੰ ਚੱਕ ਕੇ ਤੇ ਲੈ ਗਿਆ। ਕੁੱਟਮਾਰ ਬਹੁਤ ਜ਼ਿਆਦਾ ਕੀਤੀ ਆ। ਇੱਕ ਕੁੜੀ ਦਾ ਭਰਾ ਉਹਦੇ ਮੂੰਹ ਤੋਂ ਗੁਲੂਬੰਦ ਖੁੱਲ੍ਹ ਗਿਆ ਸੀ, ਦੂਜਿਆਂ ਦੇ ਮੂੰਹ ਦਿੱਤੇ ਪਰਨੇ ਬੱਧੇ ਸੀ, ਉਹ ਸਾਥੋਂ ਪਛਾਣੇ ਨਹੀਂ ਗਏ। ਜਦੋਂ ਸਾਨੂੰ ਚੱਕ ਕੇ ਉਹਨਾਂ ਨੇ ਘਰੋਂ ਬੂਹਾ ਘਰੋਂ ਮਾਰ ਕੁੱਟ ਕਰਕੇ ਤੇ ਚੱਕ ਕੇ ਲਗਾਇਆ ਗੱਡੀ 'ਚ, ਉਹ ਗੱਡੀ ਸੀ ਬਖਸ਼ੀਸ਼ ਸਿੰਘ ਦੀ, ਪੁਲਿਸ ਵਾਲੇ ਦੀ। ਉਹਦੇ 'ਤੇ ਸਟਿੱਕਰ ਲੱਗਾ ਹੋਇਆ ਸੀ ਪੁਲਿਸ ਵਾਲੇ ਦਾ। ਇੱਕ ਉਹਨਾਂ ਕੋਲ 2-3 ਕਾਪੇ ਸੀ, ਬਾਕੀ ਉਹਨਾਂ ਕੋਲ ਡੰਡੇ ਸੀ।
ਪਤਾ ਹੀ ਨਹੀਂ ਉਹਨਾਂ ਕੋਲ ਕੀ ਕੀ ਹੋਰ ਸੀ, ਸਾਨੂੰ ਕੋਈ ਪਤਾ ਨਹੀਂ ਵੀ ਸਾਨੂੰ ਸੁੱਜ ਬੁੱਝ ਸਾਡੀ ਮਰੀਜ਼ ਗਈ। ਚੱਕ ਕੇ ਕਿੱਥੇ ਲਗਾਏ ਸੀ? ਸਾਨੂੰ ਲੈ ਗਏ ਨੇ ਨਹਿਰਾਂ ਤੇ, ਸਾਨੂੰ ਜਦੋਂ ਨਹਿਰ ਤੇ ਥੋੜਾ ਜਿਹਾ ਅੱਗੇ ਲਗਾਏ ਨੇ, ਇਹਨਾਂ ਨੂੰ ਕਹਿੰਦੇ ਵੀ ਇਹਨੂੰ ਇੱਟਾਂ ਬੰਨ ਕੇ ਪੱਗ ਲਿਆਓ ਤੇ ਇਹਨੂੰ ਸੱਟ ਦਿਓ ਨਹਿਰ ਦੇ ਵਿੱਚ ਤੇ ਇਹਨੂੰ ਲਿਜਾਓ। ਮਤਲਬ ਗਲਤ ਵਿਵਹਾਰ ਕਰਨ ਲੱਗ ਗਏ ਮੇਰੇ ਨਾਲ। ਮੁੜ ਕੇ ਉੱਥੋਂ ਇਹਨਾਂ ਨੇ ਉੱਥੋਂ ਕੋਈ ਹੈ ਸੀ ਕਿਸੇ ਦਾ ਰਿਵਾਜ਼, ਕੋਈ ਆ ਗਈ ਗੱਡੀ ਗੁੱਡੀ ਅੱਗੋਂ ਆ ਗਈ, ਉਹਨਾਂ ਨੇ ਗੱਡੀ ਬੈਕ ਕਰ ਲਈ। ਬੈਕ ਕਰਕੇ ਮੁੜ ਕੇ ਸਾਨੂੰ ਸੁੰਮਸਾਨ ਥਾਂ ਤੇ ਲੈ ਗਏ। ਉੱਥੇ ਜਾ ਕੇ ਪਹਿਲਾਂ ਸਾਨੂੰ ਕਰੰਟ ਲੱਗੇ ਲਾਉਣ, ਤਾਰਾਂ ਕੱਢੀਆਂ ਕਰੰਟ ਲੱਗੇ ਲਾਉਣ, ਮੁੜ ਕੇ ਕਰੰਟ ਲੱਗੇ ਲਾਉਣ, ਮੁੜ ਕੇ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਜਦੋਂ ਅਸੀਂ ਬਿਲਕੁਲ ਹਾਰ ਗਏ ਸੀ, ਉਹਨਾਂ ਨੂੰ ਐਂ ਕਹਿਤਾ ਵੀ ਸਾਨੂੰ ਹੁਣ ਮੁਕਾ ਦਿਉ, ਵੀ ਸਾਨੂੰ ਤੜਫਾਓ ਨਾ, ਸਾਨੂੰ ਮੁਕਾ ਦਿਉ। ਇੱਕੋ ਹੀ ਕਹੀ ਗਏ ਵੀ ਤੁਸੀਂ, ਉਹਨਾਂ ਨੇ ਮੁੜ ਕੇ ਮੇਰੀ ਵੀਡੀਓ ਬਣਾਈ। ਮੈਂ ਕੁਛ ਨਹੀਂ ਬੋਲ ਸਕਦੀ ਮੀਡੀਆ ਦੇ ਸਾਹਮਣੇ, ਵੀਡੀਓ ਬਣਾਈ। ਬਖਸ਼ੀਸ਼ ਸਿੰਘ ਨੇ ਵੀਡੀਓ ਦੇ ਵਿੱਚ ਵੀ ਇਹ ਗੱਲ, ਗਲਤ ਵਿਵਹਾਰ ਬਹੁਤ ਜ਼ਿਆਦਾ ਕੀਤੇ, ਹੋਰਾਂ ਨੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਲਾ ਲਾ ਕੇ ਵੀਡੀਓ ਕਾਲਾਂ ਵਿਖਾਉਂਦੇ ਰਹੇ। ਇੰਨੀ ਕੁੱਟਮਾਰ ਕੀਤੀ ਕਿ ਮੈਂ ਤਾਂ ਮੀਡੀਆ ਦੇ ਸਾਹਮਣੇ ਕੁਝ ਬੋਲ ਨਹੀਂ ਸਕਦੀ ਪਈ। ਮੇਰੀ ਹੁਣ ਵੀ ਪਸਲੀ ਵੀ ਫ੍ਰੈਕਚਰ ਹੈ, ਮੇਰਾ ਗੁੱਟ ਵੀ ਫ੍ਰੈਕਚਰ ਹੈ, ਬਾਕੀ ਮੇਰੇ ਜੋ ਇਹਨਾਂ ਨੇ ਕੁੱਟ ਕੁੱਟ ਕੇ ਮੇਰੇ ਨੀਲ ਪਾਏ, ਮੈਂ ਚਗੱਤੇ ਵਾਲੇ ਮੈਡਮ ਨੂੰ ਸਾਰੀ ਉਹਨਾਂ ਨੇ ਮੇਰੀ ਮਤਲਬ ਵੇਖੇ ਆ, ਉਹਨਾਂ ਨੇ ਐਸਐਮ ਥਾਣੇਦਾਰ ਨੇ ਮੈਡਮ ਨੂੰ ਬੁਲਾਇਆ, ਮੈਡਮ ਨੇ ਵੇਖਿਆ, ਮੈਡਮ ਨੇ ਆ ਕੇ ਥਾਣੇਦਾਰ ਨੂੰ ਕਿਹਾ ਕਿ ਇੰਨੀ ਕੁ ਜ਼ਿਆਦਾ ਕੁਟਾਈ ਕੀਤੀ ਹੋਈ ਕਿ ਬਹੁਤ ਜ਼ਿਆਦਾ। ਨਹੀਂ, ਅਸੀਂ ਉੱਥੇ ਦੇ ਕੇ ਆਏ ਸੀ, ਮਤਲਬ FIR ਦੇ ਕੇ ਆਏ ਸੀ, ਉੱਥੇ ਅਸੀਂ ਟਾਈਪਿੰਗ ਕਰਾ ਕੇ ਉੱਥੇ ਦੇ ਕੇ ਆਏ ਸੀ, ਪਰ ਬਾਕੀ ਸਾਡੀ ਸੁਣਵਾਈ ਨਹੀਂ ਕੋਈ ਵੀ ਹੋਈ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਸਾਨੂੰ ਇਹਦਾ ਇਨਸਾਫ ਦਿੱਤਾ ਜਾਏ। ਨਹੀਂ, ਬਖਸ਼ੀਸ਼ ਸਿੰਘ ਵੀਡੀਓ ਕਾਲ ਦੇ ਵਿੱਚ ਸੀ, ਕਾਨਫਰੰਸ ਵਿੱਚ ਸੀ, ਵੀਡੀਓ ਅਸੀਂ ਵੇਖਦੇ ਪਏ ਸੀ। ਨਹੀਂ ਜੀ, ਨਾਲ ਨਹੀਂ ਸੀ, ਮੁੰਡਾ ਸੀ ਮਣੀ, ਮੁੰਡਾ ਬਖਸ਼ੀਸ਼ ਸਿੰਘ ਦਾ, ਬਖਸ਼ੀਸ਼ ਸਿੰਘ ਦਾ ਸੀ, ਗੱਡੀ ਵੀ ਬਖਸ਼ੀਸ਼ ਸਿੰਘ ਦੀ ਸੀ, ਪੁਲਿਸ ਦਾ ਉੱਪਰ ਸਟਿੱਕਰ ਲੱਗਾ ਹੋਇਆ ਸੀ। ਪੁਲਿਸ ਮੁਲਾਜ਼ਮ ਨੇ ਜੀ, ਹਰਫ ਕੇ ਅੱਜ। ਹੁਣ ਮੰਗ ਕੀ ਕਰਦੇ ਹੋ? ਮੰਗ ਮੈਂ ਇਹੀ ਕਰਦੀ ਹਾਂ ਕਿ ਮੈਨੂੰ ਜੋ ਮੇਰੇ ਨਾਲ ਗਲਤ ਵਿਵਹਾਰ ਕੀਤੇ ਗਏ ਆ, ਮੈਨੂੰ ਇਹਦਾ ਇਨਸਾਫ ਦਿੱਤਾ ਜਾਏ। ਕਿ ਜਦੋਂ ਮਤਲਬ ਵੀ ਮੇਰੀ ਵੀਡੀਓ ਬਣਾਉਂਦੇ ਸੀ, ਉਦੋਂ ਵੀ ਇਹਨਾਂ ਨੇ ਵੀਡੀਓ ਕਾਲ ਦੇ ਵਿੱਚ ਉਹਨੂੰ ਲਿਆ ਹੋਇਆ ਸੀ ਬਖਸ਼ੀਸ਼ ਸਿੰਘ ਨੂੰ, ਉਹ ਮਤਲਬ ਗਲਤ ਵਿਵਹਾਰ ਇੰਨੇ ਕੋ ਕਹਿੰਦਾ ਸੀ ਕਿ ਮੈਂ ਮੀਡੀਆ ਦੇ ਸਾਹਮਣੇ ਕੁਛ ਬੋਲ ਨਹੀਂ ਸਕਦੀ। ਨਹੀਂ, ਸਾਨੂੰ ਉਹਨਾਂ ਨੇ ਧਮਕਾਤਾ ਸੀ ਨਾ ਕਿ ਜੇ ਤੁਸੀਂ ਕਿਸੇ ਕੋਲ ਸਾਡੀ FIR ਦਰਜ ਕਰਵਾਤੀ, ਅਸੀਂ ਤੁਹਾਨੂੰ ਟੁੱਕ ਟੁੱਕ ਕੇ ਮੇਰੀ ਚੀਚੀ ਦੇ ਉੱਤੇ ਵੀ ਉਹਨਾਂ ਨੇ ਕਾਪਾ ਲਾਇਆ ਹੈ, ਕਹਿੰਦੇ ਕਿ ਤੁਹਾਡੇ ਨਿੱਕੇ ਨਿੱਕੇ ਪੀਸ ਕਰਕੇ ਤੜਫਾ ਤੜਫਾ ਕੇ ਤੁਹਾਨੂੰ ਮਾਰਾਂ ਵੱਡਾਂਗੇ ਟੁੱਕਾਂਗੇ। ਅਸੀਂ ਫਿਰ ਉਸ ਤੋਂ ਬਾਅਦ ਲੁੱਕ ਗਏ। ਸਾਡਾ ਇਹਨਾਂ ਨਾਲ ਉਂਝ ਪਿਆਰ ਹੈਗਾ ਸੀ, ਇਸ ਚੀਜ਼ ਦਾ ਇਹਨਾਂ ਨੂੰ ਪਤਾ ਹੋਵੇ, ਬਖਸ਼ੀਸ਼ ਸਿੰਘ ਮੁੰਡਾ ਮੁਲਾਜ਼ਮ ਹੈ ਜੀ ਹਰਪਕੇ ਥਾਣੇ ਦਾ। ਇਹਨਾਂ ਨੇ ਦੂਜੇ ਦਿਨ ਸਾਡੇ ਘਰ ਆਏ, ਇਹਦਾ ਬਖਸ਼ੀਸ਼ ਸਿੰਘ ਮੁਲਾਜ਼ਮ ਮੁੰਡਾ ਅਤੇ ਤਿੰਨ ਅਣਪਛਾਤੇ ਸਾਡਾ ਸ਼ੀਸ਼ਾ ਤੋੜ ਕੇ, ਬੂਹਾ ਉੱਤੋਂ ਤੋੜ ਕੇ ਸਾਨੂੰ ਦੋ ਜੀਆਂ ਨੂੰ ਕੁੱਟਮਾਰ ਪਹਿਲਾਂ ਘਰੇ ਆਣ ਕੇ ਕੀਤੀ, ਫਿਰ ਸਾਨੂੰ ਗੱਡੀ ਦੇ ਚੁੱਕ ਕੇ ਲੈ ਗਏ। ਜਦੋਂ ਸਾਨੂੰ ਉੱਥੇ ਕੁੱਟਿਆ ਮਾਰਿਆ ਗਿਆ, ਤੁਸੀਂ ਸਾਨੂੰ ਕਾਹਦੇ ਵਾਸਤੇ ਕੁੱਟਿਆ, ਕੀ ਲੈਣਾ ਸਾਡੇ ਕੋਲ? ਫਿਰ ਇਹਨਾਂ ਕਿਹਾ ਵੀ ਤੁਹਾਡਾ ਮੁੰਡਾ ਸਾਡੀ ਕੁੜੀ ਲੈ ਗਿਆ, ਤੇ ਅਸੀਂ ਵੀ ਸਾਨੂੰ ਇਸ ਚੀਜ਼ ਦਾ ਨਹੀਂ ਪਤਾ, ਇਸ ਬਾਰੇ ਸਾਨੂੰ ਕੁੱਟਦੇ ਰਹੇ ਵੀ ਤੁਸੀਂ ਕੋਈ ਸੁਰਾਗ ਦੱਸੋ। ਅਸੀਂ ਦੋ ਜੀਆਂ ਨੇ ਆਖਿਆ ਵੀ ਸਾਨੂੰ ਕੋਈ ਪਤਾ ਨਹੀਂ ਗਾ। ਫਿਰ ਇਹਨਾਂ ਘਰਦਿਆਂ ਨੇ ਕੱਪੜੇ ਲਾ ਕੇ ਇਹਨਾਂ ਨੇ ਵੀਡੀਓ ਬਣਾਈ ਮਣੀ ਨੇ, ਤੇ ਮਣੀ ਨੇ ਵੀਡੀਓ ਬਣਾ ਕੇ ਆਉਂਦੇ ਐਂ ਕਰ ਦਿਆਂਗੇ ਉਹ ਕਰ ਦਿਆਂ, ਤੁਸੀਂ ਦੱਸੋ। ਅਸੀਂ ਮਿੰਨਤਾਂ ਤਰਲੇ ਕੁੱਟੇ, ਫਿਰ ਇਹਨਾਂ ਘਰਦਿਆਂ ਦੇ ਕਾਪੇ ਮਾਰੇ, ਨਿਸ਼ਾਨ ਦੇ ਫੋਟੋਆਂ ਮੈਂ ਬਣੀਆਂ ਵਿਖਾਉਣ ਦੇ ਕਾਬਲ ਨਹੀਂ ਹੈਗੀਆਂ। ਅਸੀਂ ਇਹਨਾਂ ਕੋਲ ਹੱਥ ਜੋੜ ਕੇ ਦੂਜੇ ਦਿਨ ਛੁੱਟੇ, ਤੇ ਦੂਜੇ ਦਿਨ ਬਾਅਦ 'ਚ ਅਸੀਂ ਇੱਕ ਦਰਖਾਸਤ ਟਾਈਪ ਕਰਾਈ, ਤੇ ਉਹ ਚਗੱਤੇ ਵਾਲੇ ਚੌਂਕੀ ਥਾਣੇਦਾਰ ਸਾਹਿਬ ਨੂੰ ਦੇ ਕੇ ਆਏ, ਕੋ ਸਾਡੀ ਕੋਈ ਕਾਰਵਾਈ ਨਹੀਂ ਉਸ ਦੀ ਹੋਈ।
ਉਸ ਤੋਂ ਬਾਅਦ ਇਹ ਸਾਡੇ ਫਿਰ ਗੇੜੇ ਮਾਰਨੇ ਸ਼ੁਰੂ ਨਾ ਕੀਤੇ ਅਤੇ ਅਸੀਂ ਡਰਦੇ ਉੱਥੋਂ ਭੱਜ ਗਏ। ਅੱਜ ਇਹ 5-6 ਦਿਨ ਹੋ ਗਏ, 4-5 ਦਿਨ ਹੋ ਗਏ ਕਹਾਣੀ ਵਾਪਰੀ ਨੂੰ, ਸਾਨੂੰ ਇੱਦਾਂ ਇਨਸਾਫ ਦਿੱਤਾ ਜਾਵੇ, ਸਾਡਾ ਇੰਨਾ ਇੰਨਾ ਮੰਦਾ ਹਾਲ ਕੀਤਾ ਅਤੇ ਕਿਸੇ ਗੱਲ ਦੀ ਸਾਡੀ ਸੁਣਾਈ ਨਹੀਂ ਹੋਣ ਦਿੰਦੇ ਪਏ। ਇਸ ਸੰਬੰਧੀ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂ ਕੋਈ ਮਿਲੇ ਉਹਨਾਂ ਨੂੰ? ਅਸੀਂ ਸਰ ਕੀ ਬੋਲਣਾ, ਜਦੋਂ ਅਸੀਂ ਥਾਣੇ ਜਾਂਦੇ ਹਾਂ ਪੁਲਿਸ ਸਾਡੇ ਵਰਖਿਲਾਫ ਹੋਈ ਸੀ, ਜੋ ਬਖਸ਼ੀਸ਼ ਸਿੰਘ ਮੁਲਾਜ਼ਮ ਨਹੀਂ ਚੱਲਦੀ ਸੀ, ਇੱਧਰੋਂ ਸਾਨੂੰ ਘਰੇ ਉਹ ਚੁੱਕ ਕੇ ਲੈ ਗਏ ਅਤੇ ਅਸੀਂ ਰਹੀਏ ਕਿੱਥੇ, ਮੁਲਾਜ਼ਮ ਬਾਹਰ ਕਿਸੇ ਅਧਿਕਾਰੀ ਨਾਲ ਕੋਈ ਗੱਲ ਕਰਨ ਜੋਗੇ ਕਾਬਲ ਹੀ ਨਹੀਂ ਰਹੇ ਸੀ, ਅਤੇ ਕਿੱਧਰ ਜਾਈਏ, ਜਿੱਧਰ ਜਾਂਦੇ ਅੱਗੋਂ ਸਾਨੂੰ ਘੇਰ ਲੈਂਦੇ ਸੀ, ਤਾਂ ਅਸੀਂ ਡਰਦੇ ਆਪਦੀ ਜਾਨ ਬਚਾਉਂਦੇ ਘਰ ਦੇ ਭਰਾ ਨੂੰ ਲੈ ਕੇ ਨਿਕਲ ਗਿਆ ਸੀ। ਤਾਂ ਉਮਰ ਕਿੰਨੀ ਹੈ ਮੁੰਡੇ ਦੀ? ਉਮਰ ਐਸਾ 25 ਸਾਲ ਮੁੰਡੇ ਦੀ ਉਮਰ ਹੈਗੀ ਜੀ। ਕੁੜੀ ਦੀ ਉਮਰ ਦੀ 21 ਸਾਲ ਕੁੜੀ ਦੀ ਉਮਰ ਹੈਗੀ ਹੈ ਲਗਭਗ, ਕੋਈ ਆਪਾਂ ਨੂੰ ਇੰਨੀ ਚਲੋ ਨੌਲੇਜ ਨਹੀਂ ਹੈਗੀ, ਪਤਾ ਨਹੀਂ ਹੈਗਾ ਇਸ ਚੀਜ਼ ਦਾ, ਬਾਕੀ ਇਹਨੂੰ ਸਾਨੂੰ ਇਸ ਚੀਜ਼ ਦੀ ਕਹਾਣੀ ਦਾ ਕੋਈ ਪਤਾ ਨਹੀਂ ਸੀ। ਦੋਵੇਂ ਬਾਲਕ ਨੇ ਜੀ। ਮੰਗ ਕੀ ਕਰਦੇ ਹੋ? ਮੰਗ ਸਾਨੂੰ ਜੀ, ਜੋ ਇਹਦੀ ਕੁੱਟਮਾਰ ਕੀਤੀ, ਵੀਡੀਓ ਮਾੜੀ ਬਣਾਈ ਗਈ, ਇਹਦਾ ਇਨਸਾਫ ਦਿੱਤਾ ਜਾਵੇ ਸਾਨੂੰ ਜੀ। ਇਹ ਵਾਰਦਾਤ ਹੋਈ ਜੀ ਮੈਨੂੰ ਕੱਲ ਕਿਸੇ ਦੋਸਤ ਦਾ ਕੋਈ ਫੋਨ ਆਇਆ ਮੈਨੂੰ ਵੀ ਕਿਸੇ ਬੰਦੇ ਨਾਲ ਕੋਈ ਧੱਕਾ ਹੋਇਆ ਵੀਰ ਜੀ, ਅਤੇ ਤੁਹਾਨੂੰ ਕੋਈ ਮਿਲਣਾ ਚਾਹੁੰਦੇ ਆ ਕੋਈ ਬੰਦੇ, ਅਤੇ ਉਦੋਂ ਹੀ ਮੇਰੇ ਲਿੰਕ 'ਚ ਕੱਲ੍ਹ ਮੈਨੂੰ ਕੁਛ ਗੱਲਾਂ ਇਹਨਾਂ ਦੀਆਂ ਪਤਾ ਲੱਗੀਆਂ ਕਿ 13-14 ਦੀ ਰਾਤ ਨੂੰ ਕੋਈ 11:30 ਵਜੇ ਦਾ ਟਾਈਮ ਹੋਊਗਾ, ਕੋਈ 3 ਅਣਪਛਾਤੇ ਬੰਦੇ 4 ਅਣਪਛਾਤੇ ਬੰਦੇ ਇਹਨਾਂ ਦੇ ਘਰ ਵੜਦੇ ਆ, ਜਿਨ੍ਹਾਂ ਇਹਨਾਂ ਨੂੰ ਇਹ ਗੱਲ ਬਾਅਦ 'ਚੋਂ ਪਤਾ ਲੱਗਦੀ ਵੀ ਉਹਦਾ ਕਾਰਨ ਕੀ, ਉਹ ਮੈਂ ਤੁਹਾਨੂੰ ਬਾਅਦ 'ਚੋਂ ਦੱਸ ਦਿੰਦਾ। ਇਹ ਉਹ ਇਹਨਾਂ ਦੇ ਗੇਟ ਭੰਨ ਦਿੰਦੇ ਆ, ਬਾਰੀਆਂ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਆ, ਅਤੇ ਇਹਨਾਂ ਨੂੰ ਉਦੋਂ ਹੀ ਕੁੱਟਮਾਰ ਸ਼ੁਰੂ ਕਰ ਦਿੰਦੇ ਆ ਦੋਵਾਂ ਜੀਆਂ ਦੀ, ਅਤੇ ਕੁੱਟਮਾਰ ਕਰਕੇ ਇਹਨਾਂ ਨੂੰ ਬੰਨ੍ਹਦੇ ਨੇ ਮੂੰਹ ਹੱਥ ਇਹਨਾਂ ਦੇ, ਅਤੇ ਇਹਨਾਂ ਨੂੰ ਗੱਡੀ 'ਚ ਰਾਤ ਨੂੰ ਸੱਟ ਕੇ ਅਤੇ ਲੈ ਜਾਂਦੇ ਆ। ਪਹਿਲਾਂ ਤਾਂ ਕੋਸ਼ਿਸ਼ ਕਰਦੇ ਇਹਨਾਂ ਨੂੰ ਨਹਿਰ ਦੇ ਵਿੱਚ ਸੱਟਣ ਦੀ ਦੋਵਾਂ ਧਿਰਾਂ ਨੂੰ ਹੀ, ਉਸ ਤੋਂ ਬਾਅਦ ਜਾ ਕੇ ਕੋਟ ਇਸੇ ਖਾਂ ਦੇ ਲਾਗੇ ਕੋਈ ਪਿੰਡ ਆ, ਉੱਥੇ ਉਹ ਬੰਦਾ ਇਹ ਪਛਾਣ ਵੀ ਲੈਣਗੇ ਜਿਨ੍ਹਾਂ ਦੀ ਮੋਟਰ 'ਤੇ ਲੈ ਕੇ ਗਿਆ ਰਾਤ ਨੂੰ, ਅਤੇ ਉਸ ਤੋਂ ਬਾਅਦ ਜਦੋਂ ਉੱਥੇ ਇਹ ਪਿੱਟੇ ਵੀ ਸਾਡਾ ਕਸੂਰ ਕੀ, ਤੁਸੀਂ ਸਾਡੇ ਨਾਲ ਆਹ ਕਰਨ ਕੀ ਰਹੇ ਜੇ, ਉਹ ਆਉਂਦੇ ਵੀ ਸਾਨੂੰ ਪਤਾ ਲੱਗਾ ਵੀ ਤੁਹਾਡਾ ਸਾਡੀ ਲੜਕੀ ਤੁਹਾਡੇ ਬੇਟੇ ਨਾਲ ਰਹਿ ਰਹੀ ਆ ਜਿਹੜੇ ਕਿ ਦੋਵੇਂ ਬਾਲਗ ਆ, ਵੀ ਉਹ ਤੁਸੀਂ 2-4 ਦਿਨ ਜੇ ਉਹ ਸਾਨੂੰ ਇਹਨਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਉਹ, ਕਿਉਂਕਿ ਲੜਕਾ ਆਪਦਾ ਅਲੱਗ ਕੰਮ ਕਰਦੇ, ਅੱਜ ਕੱਲ੍ਹ ਅਲੱਗ ਕੰਮ ਕਰਦੇ, ਕਿਸੇ ਨੂੰ ਕਿਸੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਅਤੇ ਜਦੋਂ ਇਹ ਗੱਲ ਪਤਾ ਲੱਗੀ ਅਤੇ ਅਸੀਂ ਇਹਨਾਂ ਨੇ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਵੀ ਕਾਰਨ ਕੀ, ਉਹ ਕਹਿੰਦੇ ਵੀ ਤੁਸੀਂ ਨਾ ਸਾਨੂੰ ਬੰਦੇ ਦਾ ਪਤਾ ਦਿਓ, ਬੰਦੇ ਦੇ ਪਤੇ ਚੱਕਰ ਦੇ ਵਿੱਚ ਜਿਵੇਂ ਪੁਰਾਣੇ ਫਿਲਮਾਂ 'ਚ ਨਹੀਂ ਲੋਕ ਕਰਦੇ ਹੁੰਦੇ ਵੀ ਤੁਸੀਂ ਸਾਡੀ ਕੁੜੀ ਨਾਲ ਇਹ ਕੀਤਾ ਤੇਰੇ ਮੁੰਡੇ ਨੇ, ਅਤੇ ਇਹ ਮਤਲਬ ਮੁੰਡੇ ਦੀ ਮਾਂ ਨੂੰ ਇਹਨਾਂ ਨੇ ਅਲਫ ਨੰਗਾ ਕਰਕੇ ਉਹਨਾਂ ਦੀਆਂ ਵੀਡੀਓਜ਼ ਬਣਾਈਆਂ, ਜੋ ਕਿ ਮੈਂ ਤੁਹਾਨੂੰ ਮਤਲਬ ਸ਼ੋਅ ਵੀ ਕਰ ਸਕਦਾ, ਹੁਣ ਮੇਰੇ ਕੋਲ ਵੀ ਹੈਗੀਆਂ ਕੁਛ ਫੋਟੋਜ਼ ਜਿਹੜੀਆਂ ਆਪਾਂ ਹੁਣ ਇਸ ਤਰ੍ਹਾਂ ਕੈਮਰੇ ਅੱਗੇ ਆਪਾਂ ਬੋਲ ਵੀ ਨਹੀਂ ਸਕਦੇ, ਅਤੇ ਉਹ ਉਹਨਾਂ ਨੂੰ ਵਾਇਰਲ ਕੀਤਾ ਗਿਆ, ਉਹਨਾਂ 'ਤੇ ਮਤਲਬ ਉਸੇ ਤਰ੍ਹਾਂ ਹੀ ਅਸ਼ਲੀਲ ਉਹੋ ਜਿਹੀਆਂ ਹਰਕਤਾਂ ਕੀਤੀਆਂ ਗਈਆਂ ਜਿਹੜੀਆਂ ਕਿ ਆਪਾਂ ਬੋਲ ਵੀ ਨਹੀਂ ਸਕਦੇ। ਉਸ ਚੱਕਰ ਦੇ ਵਿੱਚ ਇਹ ਫਿਰ ਜ਼ਿਆਦਾ ਡਰ ਗਏ, ਫਿਰ ਨਾ ਤਾਂ ਇਹ ਕਿਸੇ ਥਾਣੇ ਜਾਣ ਜੋਗੇ ਸੀ, ਅਤੇ ਨਾ ਹੀ ਇੱਥੇ ਆ ਕੇ ਕੋਈ ਪੁਲਿਸ ਰਿਪੋਰਟ ਕਰਾਉਣ ਜੋਗੇ ਸੀ, ਨਾ ਹੀ ਆਪਣਾ ਸਿਵਲ ਹੋਸਪਿਟਲ ਜਾਂ ਕੁਛ ਵੀ ਕਰਾਉਣ ਜੋਗੇ। ਉਹ ਤਾਂ ਭਾਵੇਂ ਆਪਾਂ ਹੁਣ ਮੈਡੀਕਲ ਕਰਾਈਏ, 2 ਪਸਲੀਆਂ ਟੁੱਟੀਆਂ ਹੋਈਆਂ, ਗੁੱਟ ਫ੍ਰੈਕਚਰਡ ਆ ਜੀ ਲੇਡੀ ਦਾ, ਅਤੇ ਸਾਰੇ ਸਰੀਰ 'ਤੇ ਪਿੰਡੇ 'ਤੇ ਨੀਲ ਆ, ਜੋ ਕਿ ਮੈਂ ਪ੍ਰੈਸ ਅੱਗੇ ਤੁਹਾਨੂੰ ਦਿਖਾ ਵੀ ਸਕਦਾ। ਇਹ ਥਾਣਾ ਹਰਫ ਕੇ ਅਤੇ ਚੌਂਕੀ ਇਹਨਾਂ ਨੂੰ ਚਗੱਤੇ ਵਾਲਾ ਪੈਂਦੀ ਆ, ਅਤੇ ਉਹ ਪਰ ਉਦੋਂ ਤੱਕ ਇਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀਗਾ, ਜੋ ਹੋਇਆ ਇਹਨਾਂ ਨਾਲ ਧੱਕਾ ਆਇਆ, ਮੈਨੂੰ ਨਹੀਂ ਪਤਾ ਲੜਕਾ ਕਿੱਥੇ ਆ, ਲੜਕੀ ਕਿੱਥੇ ਆ, ਉਹਨਾਂ ਮੈਰਿਜ ਕਰਾ ਲਈ, ਕਿੱਥੇ ਰਹਿ ਰਹੇ, ਗੁਰਦੁਆਰੇ ਰਹਿੰਦੇ, ਕਿੱਥੇ ਰਹਿੰਦੇ, ਸਾਨੂੰ ਉਹਨਾਂ ਨਾਲ ਕੋਈ ਸਰੋਕਾਰ ਨਹੀਂ, ਸਾਨੂੰ ਇਹਨਾਂ ਦਾ ਕਸੂਰ ਕੀ ਸੀਗਾ, ਨਾ ਤਾਂ ਉਹਨਾਂ ਦੇ ਲਾਗੇ ਗਏ ਨਾ ਕੁਛ ਗਏ, ਅਤੇ ਇਹਨਾਂ ਨੂੰ ਕੁੱਟ ਕੁੱਟ ਕੇ ਇਹਨਾਂ ਨੇ ਉਹ ਹਾਲ ਕੀਤਾ ਜਿਹੜਾ ਕਿਤੇ ਨਾ ਹੋਵੇ। ਸਾਨੂੰ ਤਾਂ ਇਸ ਬੰਦੇ ਦਾ ਨਿਆਂ, ਉਸ ਤੋਂ ਬਾਅਦ ਜਿਹੜੀ ਹੁਣ FIR ਕਰਵਾਈ ਉਹਨਾਂ ਨੇ, ਇਹਨਾਂ ਨੂੰ ਉਹਨਾਂ ਨੇ ਇਹ ਸ਼ੋਅ ਕੀਤਾ, ਪੁਲਿਸ ਦਾ ਮਾਰ ਦੇਖ ਲਓ
ਵੀ ਇਹ ਵਿਚਾਰਾ ਕੱਢਣ ਗਿਆ ਵਾ ਕੁੜੀ ਨੂੰ, ਇਹ ਦੋਵੇਂ ਜੀ ਗਏ ਨੇ, ਤੁਸੀਂ ਬੇੜੀ ਕੋਈ ਕੁਐਸਚਨ ਕਰਨਾ ਤੁਸੀਂ ਪੁੱਛ ਸਕਦੇ ਹੋ ਉਹਨਾਂ ਦੇ ਜਿਨ੍ਹਾਂ ਨਾਲ ਹੱਡ ਬੀਤੀ ਆ, ਤੁਸੀਂ ਈਚ ਐਂਡ ਐਵਰੀ ਕੁਐਸਚਨ ਯੂ ਕੈਨ ਆਸਕ ਟੂ ਦੈਮ। ਪੁਲਿਸ ਦੇ ਅਧਿਕਾਰੀਆਂ ਦੀ ਤੁਹਾਨੂੰ ਦੱਸ ਦਿੰਦੇ ਹਾਂ, ਦੋ ਵਾਰੀ ਇਹਨਾਂ ਨੇ ਅਪਰੋਚ ਕੀਤਾ ਜੋ ਕਿ ਔਨ ਰਿਕਾਰਡ ਆ, ਜਿਹੜਾ ਇਹਨਾਂ ਨੂੰ ਥਾਣਾ ਪੈਂਦਾ ਜਦੋਂ ਇਹਨਾਂ ਨੂੰ ਅਦਮਰੇ ਕਰਕੇ ਸੱਟ ਗਿਆ ਇੰਨਾ ਟਾਈਮ ਕੁੱਟਮਾਰ ਕਰਨ ਤੋਂ ਬਾਅਦ, ਧੱਕੇ ਖਵਾ ਕੇ ਸਭ ਕਰਕੇ ਆ, ਵੀਡੀਓ ਬਣਾ ਲਈਆਂ ਵੀ ਤੁਸੀਂ ਜੇ ਵੀਡੀਓ ਅਸੀਂ ਤੁਹਾਡੀਆਂ ਵੀਡੀਓ ਵਾਇਰਲ ਕਰਾਂਗੇ, ਜੇ ਤੁਸੀਂ ਸਾਡੇ ਖਿਲਾਫ ਕਿਤੇ ਵੀ ਜਾਂਦੇ ਆ ਅਸੀਂ ਆਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ। ਇਹ ਚਾਰੇ ਡਰ ਕੇ ਕਦੀ ਕਿਸੇ ਘਰੇ ਇੱਕ ਵਾਰੀ ਥਾਣੇ ਗਏ, ਥਾਣੇ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਨਹੀਂ ਵੀਰ ਦੀ, ਜਾਂ ਤਾਂ ਉਹਨਾਂ ਨੂੰ ਚੱਕ ਕੇ ਲਿਆਉਂਦੇ ਤਾਂ ਅਗਲੇ ਦੁਬਾਰਾ ਘਰੇ ਜਾਂਦੇ, 10 ਦਿਨ ਹੋ ਗਏ ਉਹ ਕਦੀ ਕਿਸੇ ਮੋੜ 'ਤੇ ਰਹਿੰਦੇ ਕਦੀ ਕਿਸੇ ਮੋੜ 'ਤੇ ਰਹਿੰਦੇ। ਉਹ ਲੜਕਾ ਵਾ ਮਨੀ, ਉਹਦੇ ਨਾਲ 3 ਮੁੰਡੇ ਆ ਹੋਰ, ਉਹ ਕਹਿੰਦੇ ਵੀ ਉਹ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਆ ਜੀ ਬਹੁਤ ਜ਼ਿਆਦਾ, ਉਹ ਈਵਨ ਜੇ ਆਪਾਂ ਨੂੰ ਪੁੱਛ ਗਿੱਛ ਕੋਈ ਚੰਗੀ ਇਨਕੁਆਇਰੀ ਕੀਤੀ ਜਾਵੇ ਤਾਂ ਉਹ ਗੈਂਗਸਟਰ ਟਾਈਪ ਹੀ ਆ ਜੀ, ਉਹ ਜਿਵੇਂ ਉਹਨਾਂ ਕੋਲ ਮਾਰੂ ਹਥਿਆਰ ਸੀਗੇ, ਜਿੰਨੇ ਹਥਿਆਰ ਸੀਗੇ ਤੁਸੀਂ ਪੁੱਛ ਸਕਦੇ ਜੋ ਉਹਨਾਂ ਨੇ ਹਥਿਆਰ ਯੂਜ਼ ਕੀਤੇ ਆਪਣੇ ਸੋਚਣ ਦੇ ਬਾਰੇ। ਆਹ ਜਿਹੜਾ ਮਸਲਾ ਸਾਹਮਣੇ ਆਇਆ ਹੈ ਇਹਦੀ ਜਿਹੜੀ ਜਾਂਚ ਹੈਗੀ ਮੁਢਲੀ ਪੜਤਾਲ ਉਹ DSP ਸਿਟੀ ਸਾਹਿਬ ਕਰ ਰਹੇ ਨੇ। ਆਹ ਮਸਲਾ ਜਿਹੜਾ ਹੈਗਾ ਦੋਵਾਂ ਪਾਰਟੀਆਂ ਦਾ ਇੱਕ ਦੂਸਰੇ 'ਤੇ ਆਰੋਪ ਲੱਗਿਆ ਹੈ। ਪਹਿਲੇ ਵੀ ਇੱਕ ਪਰਚਾ ਦਰਜ ਹੋਇਆ ਸੀ ਜਿਹੜਾ ਕੁੜੀ ਬਜਾ ਕੇ ਲੈ ਜਾਣੇ ਦਾ, ਅਤੇ ਦੋ ਪਾਰਟੀਆਂ ਦਾ ਆਪਸ ਦਾ ਡਿਸਪਿਊਟ ਵੀ ਹੈਗਾ, ਅਤੇ DSP ਸਿਟੀ ਸਾਹਿਬ ਨੂੰ ਵੈਰੀਫਾਈ ਕਰ ਰਹੇ ਹਾਂ, ਵੈਰੀਫਾਈ ਕਰਕੇ ਜਿਵੇਂ ਜੈਸੀ ਸੂਰਤ ਕਾਰਵਾਈ ਉਹ ਕਾਰਵਾਈ ਕੀਤੀ ਜਾਵੇ। ਧੰਨਵਾਦ ਜੀ। ਸਰ ਉਹਨਾਂ ਵੱਲੋਂ ਆਰੋਪ ਲਗਾਇਆ ਗਿਆ ਕਿ ਮੁਲਾਜ਼ਮ DSP ਸਿਟੀ ਸਾਹਿਬ ਤਾਂ ਹੀ ਵੈਰੀਫਾਈ ਕਰ ਰਹੇ ਹਾਂ, ਪਹਿਲਾਂ ਵੀ ਦੇਖੋ ਇੱਕ ਪਰਚਾ ਹੋਇਆ ਸੀ ਜਿਸ ਵਿੱਚ ਜਿਹੜਾ ਹੈਗਾ ਕੁੜੀ ਕੋਲ ਬਜਾ ਕੇ ਲੈ ਜਾਣ ਦਾ ਮਸਲਾ ਸੀ ਜੀ, ਅਤੇ ਕੋਰਟ ਵਿੱਚ ਵੀ ਚੱਲ ਰਿਹਾ। DSP ਸਿਟੀ ਸਾਹਿਬ ਕਰ ਰਹੇ ਵੈਰੀਫਾਈ। ਧੰਨਵਾਦ। ਬਿਲਕੁਲ ਜੀ, ਜਿਹੜੀ ਬੰਦੀ ਕਾਰਵਾਈ ਉਹ ਜ਼ਰੂਰ ਕੀਤੀ ਜਾਊਗੀ। ਧੰਨਵਾਦ ਜੀ।